जिला अमृतसर के पासपोर्ट अफसर की एक फटी लापरवाही सामने आई है। इस विच पुलिस के मुलाजमान की भी लापरवाही नजर आ रही है। जो एक पासपोर्ट अवतार एवेन्यू विच एक घर विच पहुंचा तो घर वाले हैरान रह गए, क्योंकि पासपोर्ट से फोटो किसी होर की सी, पर पता उसी जगह का सी जिथे पासपोर्ट नूं पहुंचाया गया सी। सर मेरा नाम अंजुम रतन है, एड्रैस 263 अवतार एवेन्यू नियर मेडिंग क्लेम। सर मामला यह है जी, साढ़े एड्रैस से एक फर्जी डॉक्यूमेंट बन के आता जो कि नैशनल लैवल इंडियन नैशनल लैवल का इंटरनेशनल डॉक्यूमेंट है, पासपोर्ट रेडी होंगे वो किदा रेडी होंगे? तो इंटरनेशनल आई डी बहुत सौखी तो तैयार नहीं होंगी सर, उही जानना चाहते नैशनल आई डी तैयार नहीं होंगी, आधार कार्ड की वोटर आई डी असी किसी नाल गुआढ़ी के एड्रैस से बनाना है वो नहीं बनता बगैर किसी साइना तो बगैर कोई मतलब लग्या तो यह किदा रेडी हो चुका? ये लगता कि घराओ मिले हो जरा एक एड्रैस दिते अपलाई नहीं किया घर पासपोर्ट आता जी सर, हूँ देखो पासपोर्ट की कि कितों इन्होंने किया कितने पैसे दते ने किदा कितों रिश्वत चलिया की हो एडा वा डॉक्यूमेंट रेडी हो गया? तो तुम कोई मेल वगैरह की? जी मैं मेल भी की है, पूरे पैन इंडिया मेल की है, पासपोर्ट मेन ऑफिस दिल्ली जेड़े आ उन्होंने भी मेल की, उन्होंने चीफ न मेल की है, कोई रिप्लाई नहीं आया, कुछ अजे रिवर्ट नहीं आया उन्हों का। प्रशासन कंप्लेट वगैरह प्रशासन अजे कंप्लेट की है, कमिश्नर साहब न दे के आए हैं कल मंडे को, कमिश्नर साहब नीती है जी, हूँ देखो रहा की रिवर्ट आता जी। जी सख्त कार्रवाई होनी चाहिए है जी। साढ़े एड्रैस से एक गलत पासपोर्ट आया है तो यदि इंक्वायरी सरकार करे, जो भी ये रिलेटिड बंदे हैं उन्होंने पूछगिछ उन्हों की भी की जाए, साढ़े डॉक्यूमेंट कितों लगे है, सानू तो यही फिक्र है कि साढ़े डॉक्यूमेंट ये किदा मिसयूज हो, सानू उहदे बारे सानू मतलब कि जानकारी होनी चाहिए। ये लगता कि कोई प्रॉपर्टी वगैरह भी कर सकता जी, इंटरनेशनल आई डी तैयार हो सकती है? हाँ जी, वो प्रॉपर्टी से अटैक करने लिए क्या पता की हो, उन्हें साढ़े तो कित बाहर जाना हो, दौड़ना हो, इतों कोई क्राइम किया हो उस लेडी ने तो साढ़े लिए वो एड्रैस यूज किया हो। ਤੇ ਲੇਡੀ ਨੂੰ ਜਾਣਦੇ ਤੁਸੀਂ? ਨਹੀਂ ਜੀ। ਤੇ ਪ੍ਰਸ਼ਾਸਨ ਕੋਲ ਕੀ ਮੰਗ ਰਹੇ ਹੋ? ਪ੍ਰਸ਼ਾਸਨ ਕੋਲ ਇਹ ਵੀ ਉਹ ਲੇਡੀ ਦਾ ਪਤਾ ਕੀਤਾ ਜਾਵੇ ਵੀ ਕੌਣ ਹੈ, ਕਿੱਥੋਂ ਆਈ ਹੈ, ਕਿਸ ਤਰ੍ਹਾਂ ਉਹਨੇ ਐਡਰੈਸ ਸਾਡੇ ਮੰਗਾਏ ਹੈ, ਸਾਡਾ ਐਡਰੈਸ ਯੂਜ਼ ਕੀਤਾ ਹੈ, ਸਾਡੇ ਕਿਹੜੇ ਡਾਕੂਮੈਂਟ ਲਾਏ ਆ, ਸਾਡਾ ਉਹ ਕਿਹੜਾ ਰਿਲੇਸ਼ਨ ਬਣਾਇਆ ਉਹਨੇ ਸਾਡੇ ਨਾਲ, ਸਾਰਾ ਕੁਝ ਸਾਨੂੰ ਪਤਾ ਲੱਗੇ। ਕੰਪਲੇਂਟ ਵਗੈਰਾ ਕੀਤੀ ਤੁਸੀਂ? ਹਾਂਜੀ ਕਰਤੀ ਕੰਪਲੇਂਟ ਅਸੀਂ। ਉੱਥੇ ਇਸ ਮਾਮਲੇ 'ਤੇ ਪਾਸਪੋਰਟ ਆਫਿਸਰ ਨੇ ਜਾਂਚ ਦੇ ਆਦੇਸ਼ ਦਿੱਤੇ ਨੇ ਅਤੇ ਜਾਣਨ ਲਈ ਕਹਿ ਦਿੱਤਾ ਕਿ ਆਖਿਰ ਇੰਨੀ ਵੱਡੀ ਲਾਪਰਵਾਹੀ ਹੋਈ ਕਿਵੇਂ। ਕੋਈ ਕਾਗਜ਼ ਜਿਹਾ ਫੜਿਆ ਹੋਇਆ ਸੀਗਾ, ਕਿਸੇ ਲੇਡੀ ਵੱਲੋਂ ਕੰਪਲੇਂਟ ਲਿਖੀ ਹੋਈ ਸੀ, ਉਹ ਕਹਿੰਦੇ ਜੀ ਇਸ ਤਰ੍ਹਾਂ ਇਸ ਦਾ ਪਾਸਪੋਰਟ ਜਿਹੜਾ ਸਾਡੇ ਐਡਰੈਸ 'ਤੇ ਆ ਗਿਆ ਉੱਥੇ ਰਹਿੰਦੇ ਨਹੀਂ ਹੈ, ਅਤੇ ਮੈਂ ਉਹਨਾਂ ਨੂੰ ਇਹ ਕਿਹਾ ਸੀ, ਮੈਂ ਕਿਹਾ ਇੱਕ ਐਪਲੀਕੇਸ਼ਨ ਲਿਖ ਕੇ ਫੋਰਮਲ ਐਪਲੀਕੇਸ਼ਨ ਦੇ ਦਿਓ ਤੁਸੀਂ, ਪਾਸਪੋਰਟ ਸਾਨੂੰ ਓਰੀਜਨਲ ਵਾਪਸ ਕਰ ਦਿਓ, ਅਸੀਂ ਜੋ ਵੀ ਹੈ ਕਾਰਵਾਈ ਕਰਾਂਗੇ, ਜਿੰਨੇ ਵੀ ਡਾਕੂਮੈਂਟ ਲੇਡੀ ਨੇ ਬਣਾਏ ਜੇ ਗਲਤ ਬਣਾਏ ਆ ਅਤੇ ਉਹਦੇ ਉੱਤੇ ਕਾਰਵਾਈ ਕਰਾਂਗੇ, ਬਾਕੀ ਡਿਟੇਲਸ ਵਗੈਰਾ ਸਾਰੀਆਂ ਮੈਂ ਦੇਖੀਆਂ, ਪਾਸਪੋਰਟ ਵੱਲੋਂ ਜਿਹੜਾ ਸਾਡੇ ਆਫਿਸ ਵੱਲੋਂ ਕੋਈ ਗਲਤੀ ਨਹੀਂ ਹੋਈ ਹੈ, ਪਾਸਪੋਰਟ ਬਿਲਕੁਲ ਠੀਕ ਹੈ, ਜੋ ਡਾਕੂਮੈਂਟਸ ਉਹਨੇ ਦਿੱਤੇ ਸੀ ਬਿਲਕੁਲ ਉਹਦੇ ਹਿਸਾਬ ਨਾਲ ਪਾਸਪੋਰਟ ਬਣੇ ਆ, ਉਹਦੇ ਵਿੱਚ ਪਾਸਪੋਰਟ ਆਫਿਸ ਦੀ ਕੋਈ ਗਲਤੀ ਨਹੀਂ ਹੈ, ਬਾਕੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਅਸੀਂ ਜ਼ਰੂਰ ਕਰਾਂਗੇ, ਲੇਕਿਨ ਉਸ ਵੇਲੇ ਸ਼ੁਰੂ ਕਰਾਂਗੇ ਜਿਸ ਵੇਲੇ ਸਾਨੂੰ ਫਾਰਮਲ ਕੋਈ ਕੰਪਲੇਂਟ ਆ ਜਾਂਦੀ ਹੈ ਜਾਂ ਪਾਸਪੋਰਟ ਸਾਡੇ ਕੋਲ ਆ ਜਾਂਦਾ, ਕਿਉਂਕਿ ਮੇਰੇ ਕੋਲ ਇੱਦਾਂ ਫੇਕ ਕੰਪਲੇਂਟਸ ਬਹੁਤ ਸਾਰੀਆਂ ਆ ਰਹੀਆਂ ਜਿਹਦੇ ਕਾਰਨ ਬਹੁਤ ਸਾਰੇ ਕੋਰਟ ਕੇਸਿਸ ਵੀ ਚੱਲ ਰਹੇ ਹੈ, ਇਸ ਕਾਰਨ ਫੇਕ ਕੰਪਲੇਂਟ ਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਲਿਆ ਜਾਏਗਾ ਜਿੰਨੀ ਦੇਰ ਤੱਕ ਸਾਡੇ ਕੋਲ ਪਾਸਪੋਰਟ ਨਹੀਂ ਆਉਂਦਾ ਜਾਂ ਸਾਨੂੰ ਫਾਰਮਲ ਕੰਪਲੇਂਟ ਲਿਖ ਕੇ ਨਹੀਂ ਆਉਂਦੀ। ਕੰਪਲੇਂਟ ਆਉਣ ਤੋਂ ਬਾਅਦ ਕੀ ਕਾਰਵਾਈ ਬਣਦੀ? ਦੇਖੋ ਜਿਸ ਸਾਡੇ ਕੋਲ ਫਾਰਮਲ ਕੰਪਲੇਂਟ ਆਏਗੀ ਫਿਰ ਅਸੀਂ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰਾਵਾਂਗੇ, ਪੁਲਿਸ ਨੂੰ ਰੈਫਰ ਕਰਾਂਗੇ ਕੇਸ ਕਿ ਦੇਖਿਆ ਜਾਏ, ਇਨਵੈਸਟੀਗੇਟ ਕੀਤਾ ਜਾਏ ਕਿ ਲੇਡੀ ਨੇ ਡਾਕੂਮੈਂਟਸ ਜਿਹੜੇ ਆ ਉਹ ਕਿਸ ਤਰ੍ਹਾਂ ਬਣਵਾਏ ਆ, ਇਹ ਸਾਡਾ ਫਿਰ ਪੁਲਿਸ ਨੇ ਹੀ ਜੋ ਕਾਰਵਾਈ ਕਰਨੀ ਹੈ ਕਰਨੀ ਹੈ, ਅਸੀਂ ਤਾਂ ਆਪਣੇ ਕੋਲ ਪਾਸਪੋਰਟ ਰੱਖਿਆ ਪਹਿਲਾਂ ਉਹਨੂੰ ਪਾਸਪੋਰਟ ਉੱਤੇ ਅਸੀਂ ਐਕਸ਼ਨ ਲਵਾਂਗੇ ਜਿਵੇਂ ਤੱਕ ਪਾਸਪੋਰਟ। ਆਧਾਰ ਕਾਰਡ ਵਗੈਰਾ ਉਹਨੇ ਲਾਏ ਉਹਦੀ ਕੋਈ ਚੈਕਿੰਗ ਨਹੀਂ ਹੋਈ ਜਿਹੜੀ ਲੇਡੀ ਨੇ ਆਧਾਰ ਕਾਰਡ ਲਾਇਆ? ਦੇਖੋ ਆਧਾਰ ਕਾਰਡ ਜੋ ਲਗਾਇਆ ਹੈ ਜਾਂ ਜੋ ਵੀ ਡਾਕੂਮੈਂਟ ਲਗਾਇਆ ਹੈ ਸਾਡੇ ਕੋਲ ਵੇਰੀਫਾਈ ਅਸੀਂ ਨਹੀਂ ਕਰਦੇ ਉਹਨੂੰ, ਨਾ ਸਾਡੇ ਕੋਲ ਮੈਕੇਨਿਜ਼ਮ ਹੈ ਉਹਨੂੰ ਵੇਰੀਫਾਈ ਕਰਨ ਦਾ, ਔਰ ਨਾ ਹੀ ਅਸੀਂ ਇੱਕ ਇੱਕ ਬੰਦੇ ਦਾ ਵੇਰੀਫਾਈ ਕਰਦੇ ਹਾਂ ਪੂਰਾ। ਫੋਨ ਕਰਦਾ ਪਲੀਜ਼ ਕਰ। ਹਾਂ ਜੋ ਵੀ ਉਹਨੇ ਡਾਕੂਮੈਂਟਸ ਦਿੱਤੇ ਹੋਏ ਆ ਅਸੀਂ ਉਹਦੇ ਥੰਬ ਇੰਪ੍ਰੈਸ਼ਨ ਜ਼ਰੂਰ ਲਈ ਦੀ ਹੈ, ਆਪਣਾ ਉਹਦੇ ਕੋਲ ਬਾਇਓਮੈਟ੍ਰਿਕਸ ਵੀ ਲਈ ਦੀ ਹੈ, ਬਟ ਦੈਟ ਇਜ਼ ਫੋਰ ਫਿਊਚਰ ਰੈਫਰੈਂਸ। ਨਹੀਂ ਪੁਲਿਸ ਇਨਕੁਆਇਰੀ ਹਜੇ ਹੋ ਰਹੀ ਹੈ, ਇਹਦੀ ਪੋਸਟ ਵੈਰੀਫਿਕੇਸ਼ਨ ਦਾ ਕੇਸ ਹੈ। ਦੇਖੋ ਕੁਛ ਇੱਕ ਪੋਸਟ ਵੈਰੀਫਿਕੇਸ਼ਨ ਦੇ ਵਿੱਚ ਜਾਂਦੇ ਆ, ਕੁਛ ਪ੍ਰੀ ਵੈਰੀਫਿਕੇਸ਼ਨ ਦੇ ਵਿੱਚ ਜਾਂਦੇ ਆ, ਇਹ ਪੋਸਟ ਵੈਰੀਫਿਕੇਸ਼ਨ ਦਾ ਕੇਸ ਸੀ। ਮੈਂ ਜ਼ਿਆਦਾ ਡਿਟੇਲ ਨਹੀਂ ਦੱਸ ਪਾਊਂਗਾ, ਰੀਜ਼ਨ ਬੀਇੰਗ ਕਿ ਜਿਹੜਾ ਨਾ ਇਹਦੀ ਇਨਵੈਸਟੀਗੇਸ਼ਨ ਸਟਾਰਟ ਕਰਨੀ ਹੈ, ਅਤੇ ਕੋਈ ਵੀ ਦੇਖੋ ਜਿਸ ਵੇਲੇ ਪੁਲਿਸ ਵੈਰੀਫਿਕੇਸ਼ਨ ਦੀ ਰਿਪੋਰਟ ਆਏਗੀ ਸਾਨੂੰ ਪਤਾ ਲੱਗੇਗਾ ਨਾ, ਇਹਦਾ ਪੋਸਟ ਵੈਰੀਫਿਕੇਸ਼ਨ ਦਾ ਕੇਸ ਸੀ ਇਸ ਕਾਰਨ ਜਿਹੜਾ ਹੋਇਆ, ਬਾਕੀ ਮੋਸਟਲੀ ਕੇਸਿਸ ਜਿਹੜੇ ਆ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਪਾਸਪੋਰਟ ਜਿਹੜੇ ਆ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਹੀ ਇਸ਼ੂ ਹੁੰਦੇ ਆ,
और पुलिस वेरीफिकेशन रिपोर्ट जी है उससे रिलाई करते हैं पूरा। सलाम अमृतसर तो ललित शर्मा की रिपोर्ट ट्रू स्कूप।